ਤੁਸੀਂ ਦੇਖ ਰਹੇ ਹੋ ਨਵਰੰਗ ਟੀਵੀ। ਪੰਜਾਬ ਦੇ 4 ਹਲਕਿਆਂ ਵਿੱਚ ਹੋਣ ਜਾ ਰਹੀਆਂ ਜ਼ਿਮਨੀ ਚੋਣਾਂ ਨੂੰ ਲੈ ਕੇ ਜਦੋਂ ਤੋਂ ਕਾਂਗਰਸ ਪਾਰਟੀ ਨੇ ਆਪਣੇ ਉਮੀਦਵਾਰਾਂ ਦਾ ਐਲਾਨ ਕੀਤਾ ਹੈ, ਉਦੋਂ ਤੋਂ ਹੀ ਫਗਵਾੜਾ ਵਿਖੇ ਕਾਂਗਰਸੀ ਵਰਕਰਾਂ ਵਿੱਚ ਰੁੱਸਣ ਤੇ ਮਨਾਉਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ, ਜਿਸ ਦੇ ਤਹਿਤ ਬੀਤੇ ਦਿਨੀ ਰਾਣੀ ਸੋਢੀ ਨੇ ਸੈਂਕੜੇ ਵਰਕਰਾਂ ਦਾ ਇਕੱਠ ਕਰਕੇ ਆਪਣਾ ਰੋਸ ਜ਼ਾਹਿਰ ਕੀਤਾ ਸੀ, ਜਿਸ ਤੋਂ ਬਾਅਦ ਸਰਦਾਰ ਬਲਵਿੰਦਰ ਸਿੰਘ ਧਾਲੀਵਾਲ ਰਾਣੀ ਸੋਢੀ ਨੂੰ ਮਨਾਉਣ ਵਿਖੇ ਉਹਨਾਂ ਦੇ ਗ੍ਰਹਿ ਪਹੁੰਚੇ। ਇਸ ਦੌਰਾਨ ਜ਼ਿਲ੍ਹਾ ਪ੍ਰਧਾਨ ਮੈਡਮ ਬਲਵੀਰ ਰਾਣੀ ਸੋਢੀ ਨੇ ਸਾਰੇ ਮਨ ਮੁਟਾਵ ਖਤਮ ਕਰਦੇ ਹੋਏ ਸਰਦਾਰ ਧਾਲੀਵਾਲ ਨੂੰ ਟਿਕਟ ਮਿਲਣ ਤੇ ਮੁਬਾਰਕਬਾਦ ਦਿੰਦੇ ਹੋਏ ਕਾਂਗਰਸ ਪਾਰਟੀ ਦਾ ਧੰਨਵਾਦ ਕੀਤਾ ਤੇ ਸਾਰੇ ਵਰਕਰਾਂ ਨੂੰ ਨਾਲ ਲੈ ਕੇ ਪਾਰਟੀ ਲਈ ਕੰਮ ਕਰਨ ਦਾ ਭਰੋਸਾ ਦਿੱਤਾ। ਸਭ ਤੋਂ ਪਹਿਲਾਂ ਮੈਂ ਕਾਂਗਰਸ ਹਾਈ ਕਮਾਂਡ ਕੈਪਟਨ ਅਮਰਿੰਦਰ ਸਿੰਘ ਜੀ, ਸਾਡੇ ਕਾਂਗਰਸ ਦੇ ਪ੍ਰਧਾਨ ਪੰਜਾਬ ਦੇ ਸੁਨੀਲ ਜਾਖੜ ਜੀ, ਸੋਨੀਆ ਗਾਂਧੀ ਜੀ, ਉਹਨਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੀ ਹਾਂ ਕਿ ਐਕਸਪੀਰੀਅੰਸ ਲੋਕਾਂ ਦੇ ਕੰਮ ਕਰਾਉਣ ਵਾਲੇ ਜਿਹੜੇ ਮਿਹਨਤੀ ਕੈਂਡੀਡੇਟ ਸਾਨੂੰ ਪਾਰਟੀ ਨੇ ਭੇਜੇ ਆ। ਧਾਲੀਵਾਲ ਸਾਹਿਬ ਨੂੰ ਮੈਂ ਵਧਾਈ ਦੇਣਾ ਚਾਹੁੰਦੀ ਹਾਂ ਔਰ ਆਪਣੇ ਵੱਲੋਂ ਔਰ ਆਪਣੇ ਪੂਰੇ ਸਾਥੀਆਂ ਵੱਲੋਂ ਪੂਰੀ ਇਮਾਨਦਾਰੀ ਦੇ ਨਾਲ ਮਿਹਨਤ ਕਰਕੇ ਧਾਲੀਵਾਲ ਸਾਹਿਬ ਦੇ ਲਈ ਔਰ ਕਾਂਗਰਸ ਪਾਰਟੀ ਦੇ ਲਈ ਮਿਹਨਤ ਕਰਾਂਗੇ ਅਤੇ ਬਹੁਤ ਭਾਰੀ ਜਿਹੜੀ ਲੀਡ ਦੇ ਨਾਲ ਇਹਨਾਂ ਨੂੰ ਜਿਤਾਵਾਂਗੇ, ਕਿਉਂਕਿ ਫਗਵਾੜਾ ਜਿਹੜੀ ਸੀਟ ਆ ਕਾਫੀ ਲੰਬੇ ਸਮੇਂ ਤੋਂ ਓਪੋਜੀਸ਼ਨ ਦੇ ਕੋਲ ਆ ਔਰ 100% ਕੋਸ਼ਿਸ਼ ਕਰਾਂਗੇ ਕਿ ਜਿਹੜੀ ਇਹ ਸੀਟ ਆ ਕਾਂਗਰਸ ਪਾਰਟੀ ਦੀ ਝੋਲੀ ਵਿੱਚ ਪਾਈਏ। ਇੱਕ ਵਾਰ ਫਿਰ ਧਾਲੀਵਾਲ ਸਾਹਿਬ ਨੂੰ ਬਹੁਤ ਬਹੁਤ ਵਧਾਈ ਦਿੰਦੀ ਹਾਂ ਅਤੇ ਵਿਸ਼ਵਾਸ ਦਿਵਾਉਂਦੀ ਹਾਂ ਪੂਰੇ ਸਾਥੀਆਂ ਵੱਲੋਂ, ਪੂਰੇ ਕੌਂਸਟੀਚੁਐਂਸੀ ਦੇ ਪਿੰਡਾਂ ਸ਼ਹਿਰਾਂ ਦੇ ਵਾੜਾਂ ਵੱਲੋਂ ਜਿੰਨੇ ਵੀ ਸਪੋਰਟਰ ਨੇ ਕਾਂਗਰਸ ਪਾਰਟੀ ਨੂੰ ਪਿਆਰ ਕਰਦੇ ਨੇ, ਉਹ ਧਾਲੀਵਾਲ ਸਾਹਿਬ ਨੂੰ ਜਿਤਾਉਣ ਦੇ ਲਈ ਦਿਨ ਰਾਤ ਇੱਕ ਕਰ ਦੇਣਗੇ, ਮਿਹਨਤ ਕਰਨਗੇ ਅਤੇ ਜਿਹੜਾ ਕਾਂਗਰਸ ਪਾਰਟੀ ਦਾ ਨਾਮ ਉੱਚਾ ਕਰਨਗੇ। ਇੱਕ ਵਾਰ ਫਿਰ ਬਹੁਤ ਬਹੁਤ ਵਧਾਈ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਮੌਕੇ ਆਪਣੇ ਸੰਬੋਧਨ ਵਿੱਚ ਰਾਣੀ ਸੋਢੀ ਨੇ ਕੈਬਨਿਟ ਮੰਤਰੀ ਪੰਜਾਬ ਸੁੰਦਰ ਸ਼ਾਮ ਅਰੋੜਾ ਨੂੰ ਲੰਬੇ ਹੱਥੀਂ ਲੈਂਦਿਆਂ ਕਿਹਾ ਕਿ ਪਾਰਟੀ ਹਾਈ ਕਮਾਂਡ ਨੇ ਜੋ ਉਹਨਾਂ ਨੂੰ ਜ਼ਿੰਮੇਵਾਰੀ ਸੌਂਪੀ ਹੈ ਉਸ ਨੂੰ ਮੰਤਰੀ ਸਾਹਿਬ ਨੇ ਪੱਖਪਾਤ ਕਰਦੇ ਹੋਏ ਨਿਭਾਇਆ ਹੈ, ਜਦਕਿ ਸਾਰੇ ਵਰਕਰਾਂ ਨੂੰ ਨਾਲ ਲੈ ਕੇ ਹੀ ਇਸ ਸੀਟ ਨੂੰ ਹਾਸਲ ਕੀਤਾ ਜਾ ਸਕਦਾ ਹੈ। ਕਿੰਨੇ ਦਿਨ ਹੋ ਗਏ ਜੀ ਅੱਜ ਤੁਹਾਨੂੰ ਟਿਕਟ ਮਿਲਿਆ? ਹਫ਼ਤਾ ਹੋ ਗਿਆ ਜੀ ਟਿਕਟ ਮਿਲਿਆ। ਸਾਡੇ ਇੱਥੇ ਇੱਕ ਮੰਤਰੀ ਸਾਹਿਬ ਇੰਚਾਰਜ ਲੱਗੇ ਹੋਏ, ਚਾਵਲਾ ਸਾਹਿਬ, ਮੈਂ ਡਿਸਟ੍ਰਿਕਟ ਪ੍ਰਧਾਨ ਹਾਂ ਔਰ ਟਿਕਟ ਦੀ ਦਾਅਵੇਦਾਰ ਸੀ। ਮੰਤਰੀ ਸਾਹਿਬ ਦਾ ਇੱਕ ਵੀ ਫੋਨ 8 ਦਿਨਾਂ 'ਚ ਨਹੀਂ ਆਇਆ। ਉਹਨੂੰ ਇੰਚਾਰਜ ਲਾ ਕੇ ਭੇਜਿਆ ਸਾਰੇ ਕਾਂਗਰਸ ਨੂੰ ਇਕੱਠਾ ਕਰਨ ਦੇ ਲਈ ਔਰ ਕਾਂਗਰਸ ਪਾਰਟੀ ਨੂੰ ਜਿਤਾਉਣ ਦੇ ਲਈ, ਜਾ ਕੇ ਪੁੱਛ ਲੈਂਦੇ ਇੱਕ ਗਰੁੱਪ ਨੂੰ ਮਨਾਉਣ ਲਈ ਦਿਨ ਰਾਤ ਮਿਹਨਤ ਕਰਕੇ ਕਾਂਗਰਸ ਪਾਰਟੀ ਨੂੰ ਤੁਸੀਂ ਜਿਤਾ ਨਹੀਂ ਸਕਦੇ। ਉਧਰ ਇਸ ਸੰਬੰਧੀ ਬਲਵਿੰਦਰ ਸਿੰਘ ਧਾਲੀਵਾਲ ਨੇ ਕਿਹਾ ਕਿ ਉਹ ਸਾਰੇ ਵਰਕਰਾਂ ਨੂੰ ਨਾਲ ਲੈ ਕੇ ਚੱਲਣਗੇ ਅਤੇ ਫਗਵਾੜਾ ਵਾਸੀ ਜੋ ਕਿ ਪਿਛਲੇ ਲੰਬੇ ਸਮੇਂ ਤੋਂ ਸੰਤਾਪ ਚੱਲ ਰਹੇ ਨੇ ਉਹਨਾਂ ਨੂੰ ਉਸ ਤੋਂ ਨਿਜਾਤ ਦਿਵਾਉਣਗੇ। ਸਭ ਤੋਂ ਪਹਿਲਾਂ ਮੈਂ ਪੰਜਾਬ ਦੀ ਹਾਈ ਕਮਾਂਡ ਬਹੁਤ ਹੀ ਸਤਿਕਾਰਯੋਗ ਅਤੇ ਮਾਣਯੋਗ ਕੈਪਟਨ ਅਮਰਿੰਦਰ ਸਿੰਘ ਜੀ, ਮੁੱਖ ਮੰਤਰੀ ਪੰਜਾਬ ਸਰਕਾਰ, ਪੰਜਾਬ ਕਾਂਗਰਸ ਪ੍ਰਧਾਨ ਜਾਖੜ ਜੀ, ਸੈਂਟਰ ਲੀਡਰਸ਼ਿਪ ਦਾ ਧੰਨਵਾਦ ਕਰਦਾ। ਉਹਨਾਂ ਨੇ ਮੈਨੂੰ ਇੱਥੇ ਕੈਂਡੀਡੇਟ ਬਣਾ ਕੇ, ਜੋ ਕਿ 22 ਇਲੈਕਸ਼ਨ ਹੋਣ ਵਾਲੀ ਹੈ 1 ਅਕਤੂਬਰ ਨੂੰ, ਉਹਦੇ ਵਿੱਚ ਕੈਂਡੀਡੇਟ ਬਣਾ ਕੇ ਭੇਜਿਆ ਹੈਗਾ। ਉਹ ਜਿਸ ਤਰ੍ਹਾਂ ਕਿ ਪਿਛਲੇ ਮੈਂ 15-16 ਸਾਲ ਤੋਂ ਫਗਵਾੜਾ ਦੇ ਕੇ ਰਹਿ ਰਿਹਾ, ਲੋਕਾਂ ਦਾ ਇੱਥੇ ਮੈਨੂੰ ਬਹੁਤ ਹੀ ਮਾਣ ਸਤਿਕਾਰ ਮਿਲਿਆ ਹੈਗਾ, ਬਹੁਤ ਪਿਆਰ ਮਿਲਿਆ ਹੈਗਾ। ਤਾਂ ਮੈਂ ਜਿਸ ਤਰ੍ਹਾਂ ਕਿ ਅੱਜ ਇੱਥੇ ਸਾਡੇ ਬਹੁਤ ਹੀ ਸਤਿਕਾਰਯੋਗ ਜ਼ਿਲ੍ਹਾ ਪ੍ਰਧਾਨ
ਮੈਡਮ ਜਿਵੇਂ ਰਾਣੀ ਤੁਹਾਡੀ ਮੇਰੇ ਗ੍ਰਹਿ ਪਰਿਵਾਰ ਗ੍ਰਹਿ ਵਿਖੇ ਬਹੁਤ ਹੀ ਵੱਡੀ ਗਿਣਤੀ ਵਿੱਚ ਜਿਹੜੇ ਕਿ ਵਰਕਰਸ ਅੱਜ ਆਏ ਹੈਗੇ ਨੇ ਔਰ ਉਹਨਾਂ ਵਰਕਰਸ ਦਾ ਸਾਰਿਆਂ ਦਾ ਜੋਸ਼ ਦੇਖ ਕੇ ਸਾਨੂੰ ਇਹ ਪੂਰਨ ਵਿਸ਼ਵਾਸ ਹੈ ਕਿ ਆਉਣ ਵਾਲੀ ਜਿਹੜੀ ਇਲੈਕਸ਼ਨ ਸੈਸ ਹੈ ਉਹਦਾ ਵਿਕਟਰੀ ਪ੍ਰਾਪਤ ਕਰਾਂਗੇ, ਜਿੱਤ ਪ੍ਰਾਪਤ ਕਰਾਂਗੇ ਅਤੇ ਆਉਣ ਵਾਲੇ ਸਮੇਂ ਵਿੱਚ ਮੈਂ ਸਾਰੇ ਹੀ ਵਰਕਰਸ ਸਾਰੇ ਹੀ ਸਾਡੀ ਕਾਂਗਰਸ ਲੀਡਰਸ਼ਿਪ ਨੂੰ ਵਿਸ਼ਵਾਸ ਦਿੰਦਾ ਹੈ ਆਉਣ ਵਾਲੇ ਸਮੇਂ ਵਿੱਚ ਅਸੀਂ ਜਿੱਤ ਪ੍ਰਾਪਤ ਕਰਨ ਤੋਂ ਬਾਅਦ ਜੋ ਲੋਕਾਂ ਨੇ ਪਿਛਲੇ 15-16 ਸਾਲ ਸੰਤਾਪ ਰੱਖਿਆ ਹੈਗਾ ਉਹਨੂੰ ਦੂਰ ਕਰਕੇ ਲੋਕਾਂ ਨੂੰ ਜਿਹੜਾ ਹੈਗਾ ਬਹੁਤ ਹੀ ਮਾਨਸਿਕਤਾ ਦਵਾਇਆ ਜਾਏਗਾ ਔਰ ਲੋਕਾਂ ਨੂੰ ਹਰ ਪੱਖੋਂ ਉਹਨਾਂ ਦੀ ਪ੍ਰੋਬਲਮਸ ਨਾਲ ਹੀ ਸਭ ਪੱਖੀ ਵਿਕਾਸ ਕਰਨ ਵਿੱਚ ਕੋਈ ਵੀ ਕਸਰ ਨਹੀਂ ਛੱਡੀ। ਧੰਨਵਾਦ। ਨਵੀਆਂ ਅਤੇ ਤਾਜ਼ਾ ਤਰੀਨ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਸਾਡਾ ਯੂਟਿਊਬ ਚੈਨਲ ਲਾਈਕ ਕਰੋ ਅਤੇ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਅਤੇ ਨਾਲ ਹੀ ਦਬਾਓ ਘੰਟੀ ਦਾ ਬਟਨ।